ਸਾਡੇ ਇੱਥੇ ਆਮ ਤੌਰ ਤੇ ਸਮਝਿਆ ਜਾਂਦਾ ਕਿ ਮਸੀਹੀ ਮਿਸ਼ਨਰੀ ਮੁਸਲਮਾਨਾਂ ਤੋਂ ਬਹੁਤ ਦੇਰ ਬਾਅਦ ਇੰਡੀਆ ਵਿੱਚ ਆਏ ਸਨ ਪਰ ਇਹ ਗੱਲ ਠੀਕ ਨਹੀਂ ਇਸ ਖਿੱਤੇ ਵਿੱਚ ਸਭ ਤੋਂ ਪਹਿਲੇ ਆਉਣ ਵਾਲੇ ਬਕਾਇਦਾ ਮਸੀਹੀ ਮਿਸ਼ਨਰੀ ਹਜ਼ਰਤ ਈਸਾ ਦੇ 12ਵੇਂ ਸ਼ਗਿਰਦ ਥਾਮਸ ਦੀ ਅਪੋਸਲ ਸਨ ਬਰੇ ਸਗੀਰ ਦੇ ਵਿੱਚ ਪਹਿਲਾ ਚਰਚ ਸੈਂਟ ਥਾਮਸ ਨੇ ਇੰਡੀਆ ਕੇਰਲਾ ਦੇ ਵਿੱਚ 52 AD ਦੇ ਵਿੱਚ ਬਣਾਇਆ ਸੀ ਪਰ ਲਾਹੌਰ ਦਾ ਪਹਿਲਾ ਚਰਚ ਕਦੋਂ ਬਣਿਆ ਸੀ ਲਾਹੌਰ ਦਾ ਪਹਿਲਾ ਚਰਚ ਅਕਬਰ ਦੇ ਵੇਲੇ ਬਣਿਆ ਸੀ ਅਕਬਰ ਦੇ ਵੇਲੇ ਫਤਿਹਪੁਰ ਸੀਕਰੀ ਉਹਦੇ ਆਖਣ 'ਤੇ 1580 ਵਿੱਚ ਪਹਿਲਾ ਬਕਾਇਦਾ ਮਸੀਹੀ ਮਿਸ਼ਨਰੀਜ਼ ਦਾ ਮਿਸ਼ਨ ਗੋਆ ਤੋਂ ਮਿਲਣ ਆਇਆ ਇਹ ਮਿਸ਼ਨਰੀ ਜੈਜ਼ੂਏਟਸ ਅਖਵਾਉਂਦੇ ਸਨ ਫਿਰ ਇਹਨਾਂ ਦਾ ਦੂਸਰਾ ਮਿਸ਼ਨ 1590 'ਚ ਅਕਬਰ ਨੂੰ ਮਿਲਣ ਲਾਹੌਰ ਆਇਆ ਇਸ ਮਿਸ਼ਨ ਨੇ ਇੱਥੇ ਇੱਕ ਸਕੂਲ ਵੀ ਸ਼ੁਰੂ ਕੀਤਾ ਜਿਹਦੇ ਵਿੱਚ ਬਾਦਸ਼ਾਹ ਦੇ ਪੁੱਤਰ ਪੋਤਰੇ ਅਤੇ ਅਮੀਰਾਂ ਦੇ ਬਾਲਾਂ ਨੂੰ ਪੁਰਤਗੇਜ਼ੀ ਵਿੱਚ ਲਿਖਣਾ ਪੜ੍ਹਨਾ ਸਿਖਾਇਆ ਜਾਂਦਾ ਸੀ 5 ਮਈ 1595 ਨੂੰ ਇਹਨਾਂ ਦਾ ਤੀਸਰਾ ਅਤੇ ਆਖਰੀ ਮਿਸ਼ਨ ਅਕਬਰ ਦੇ ਕਹਿਣ 'ਤੇ ਮੁੜ ਲਾਹੌਰ ਆਇਆ ਅਤੇ ਆਪਣੇ ਆਖਰੀ ਬੰਦੇ ਦੇ ਮਰਨ ਤੱਕ ਇੱਥੇ ਹੀ ਰਿਹਾ ਪੰਦਰਾਂ ਵਿੱਚ ਅਕਬਰ ਨੇ ਇਹਨਾਂ ਨੂੰ ਲਾਹੌਰ ਵਿੱਚ ਚੈਪਲ ਬਣਾਉਣ ਦੀ ਇਜਾਜ਼ਤ ਦਿੱਤੀ ਇਹ ਆਗਰਾ ਵਿੱਚ ਬਣਨ ਵਾਲੇ ਚੈਪਲ ਦੇ ਨਮੂਨੇ 'ਤੇ ਬਣਾਇਆ ਗਿਆ ਅਕਬਰ ਨੇ ਇਸ ਚੈਪਲ ਦੀ ਸਜਾਵਟ ਲਈ ਕਈ ਕੀਮਤੀ ਸ਼ੈਵਾਂ ਅਤੇ ਮੁਗਲ ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਕ੍ਰਿਸਚਨ ਪੇਂਟਿੰਗਸ ਵੀ ਦਿੱਤੀਆਂ ਕ੍ਰਿਸਚਨ ਮਿਸ਼ਨਰੀਜ਼ ਚਰਚ ਬਣਾਉਣ ਦੀ ਮੰਗ ਕਰਦੇ ਰਹੇ ਜਿਹਦੇ ਵਿੱਚ ਸ਼ਹਿਜ਼ਾਦਾ ਸਲੀਮ ਨੇ ਉਹਨਾਂ ਦੀ ਮਦਦ ਕੀਤੀ 7 ਸਤੰਬਰ 1597 ਨੂੰ ਸ਼ਾਹੀ ਕਿਲ੍ਹੇ ਦੇ ਨੇੜੇ ਲਾਹੌਰ ਦੇ ਪਹਿਲੇ ਕੈਥੋਲਿਕ ਚਰਚ ਦਾ ਬਕਾਇਦਾ ਅਫਤਤਾ ਹੋਇਆ ਲਾਹੌਰ ਦਾ ਗਵਰਨਰ ਐਰੇ ਵਿੱਚ ਚੀਫ ਗੈਸਟ ਦੇ ਤੌਰ 'ਤੇ ਆਇਆ ਲਾਹੌਰ ਦੇ ਇਸ ਪਹਿਲੇ ਚਰਚ ਦੇ ਸੁਪਰੀਡੈਂਟ ਫਾਦਰ ਪਿੰਨ ਨਹਿਰੀਓ ਸਨ ਇਹ ਇੱਕ ਬਹੁਤ ਸੋਹਣਾ ਹਵਾਦਾਰ ਅਤੇ ਵੱਡਾ ਚਰਚ ਸੀ ਇਹਦੀ ਇੱਕ ਵੱਡੀ ਸਾਰੀ ਛੱਤ ਸੀ ਜਿਹੜੀ ਈਸਟਰ ਦੇ ਤਿਉਹਾਰ ਲਈ ਵਰਤੀ ਜਾਂਦੀ ਸੀ ਇਹ ਚਰਚ ਐਡਾ ਸੋਹਣਾ ਸੀ ਕਿ ਵੱਖੋ ਵੱਖ ਧਰਮਾਂ ਅਤੇ ਇਲਾਕਿਆਂ ਦੇ ਲੋਕ ਇਹਨੂੰ ਵੇਖਣ ਆਉਂਦੇ ਸਨ ਜਹਾਂਗੀਰ ਦੇ ਵੇਲੇ 1606 ਵਿੱਚ ਲਾਹੌਰ ਵਿੱਚ ਇੱਕ ਕ੍ਰਿਸਚਨ ਮਦਰਸੇ ਦਾ ਜ਼ਿਕਰ ਮਿਲਦਾ 1614 ਵਿੱਚ ਜਹਾਂਗੀਰ ਬੰਬਈ ਵਿੱਚ ਪੁਰਤਗੇਜ਼ੀਆਂ ਦੀ ਹਕੂਮਤ ਮੁਖਾਲਫ ਹਰਕਤਾਂ ਤੋਂ ਤੰਗ ਹੋਇਆ ਤਾਂ ਇਹ ਚਰਚ 10 ਸਾਲ ਲਈ ਬੰਦ ਕਰ ਦਿੱਤਾ ਗਿਆ ਸ਼ਾਹਜਹਾਂ ਦੇ ਵੇਲੇ 1632 ਵਿੱਚ ਹੁਗਲੀ ਬੰਗਾਲ ਵਿੱਚ ਪੁਰਤਗੇਜ਼ੀਆਂ ਅਤੇ ਮੁਗਲਾਂ ਦੇ ਵਿਚਕਾਰ ਹੋਣ ਵਾਲੀ ਲੜਾਈ ਤੋਂ ਬਾਅਦ ਇਸ ਚਰਚ ਨੂੰ ਢਾਹ ਦਿੱਤਾ ਗਿਆ ਫਿਰ ਵੀ ਮਸੀਹੀ ਲੋਕ ਚਰਚ ਦੇ ਨੇੜੇ ਫਾਦਰ ਦੇ ਘਰ ਇਕੱਠੇ ਹੋ ਕੇ ਆਪਣੀ ਇਬਾਦਤ ਕਰਦੇ ਰਹਿੰਦੇ ਸੀ 1671 ਵਿੱਚ ਔਰੰਗਜ਼ੇਬ ਦੇ ਇੱਕ ਲਿਖੇ ਖੱਤ ਤੋਂ ਲਾਹੌਰ ਦੇ ਇਲਾਕੇ ਮਜ਼ੰਗ ਵਿੱਚ ਇੱਕ ਕ੍ਰਿਸਚਨ ਮਦਰਸੇ ਦਾ ਵੀ ਜ਼ਿਕਰ ਮਿਲਦਾ ਹੈ 1832 ਤੱਕ ਲਾਹੌਰ ਵਿੱਚ ਕੋਈ ਚਰਚ ਨਹੀਂ ਸੀ ਜਦੋਂ ਅੰਗਰੇਜ਼ ਇੱਥੇ ਆਏ ਤਾਂ ਸਭ ਤੋਂ ਪਹਿਲਾ ਚਰਚ ਕਸ਼ਮੀਰੀ ਦਰਵਾਜ਼ੇ ਦੇ ਅੰਦਰ ਹਵੇਲੀ ਧਿਆਨ ਸਿੰਘ ਵਿੱਚ ਬਣਾਇਆ ਗਿਆ ਈਸਟ ਇੰਡੀਆ ਕੰਪਨੀ ਦੇ ਕੋਰਟ ਆਫ ਡਾਇਰੈਕਟਰਸ ਨੂੰ ਦਿੱਤੇ ਇੱਕ ਜਵਾਬ ਵਿੱਚ ਆਖਿਆ ਗਿਆ ਹੈ ਧਿਆਨ ਸਿੰਘ ਦੀ ਹਵੇਲੀ ਨੂੰ ਆਰਜ਼ੀ ਇਬਾਦਤਗਾਹ ਬਣਾਉਣ ਦੀ ਖਾਤਰ ਗੈਰੀਜ਼ਨ ਇੰਜੀਨੀਅਰ ਨੇ 341 ਰੁਪਏ ਖਰਚ ਕੀਤੇ ਨੇ ਹਕੂਮਤ ਦੇ ਕਾਗਜ਼ਾਂ ਵਿੱਚ ਇਸ ਦਾ ਜ਼ਿਕਰ ਗਿਰਜਾ ਧਿਆਨ ਸਿੰਘ ਹਵੇਲੀ ਦੇ ਤੌਰ 'ਤੇ ਕੀਤਾ ਗਿਆ ਹੈ ਇਸ ਗਿਰਜੇ ਦੇ ਸਮਾਨ ਵਿੱਚ 40 ਬੈਂਚ 3 ਪੱਖੇ 1 ਚੌਕੀ ਅਤੇ ਵਾਸਾਂ ਦੀਆਂ ਚਿੱਕਾਂ ਸ਼ਾਮਲ ਸਨ 1851 ਵਿੱਚ ਪੰਜਾਬ ਦੇ ਇੰਤਜ਼ਾਮੀ ਬੋਰਡ ਨੇ ਹਕੂਮਤ ਨੂੰ ਦੱਸਿਆ ਵੀ ਬੋਰਡ ਦੀ ਇਜਾਜ਼ਤ ਨਾਲ ਅਨਾਰਕਲੀ ਦੇ ਮਕਬਰੇ ਦੀ ਥਾਂ ਨੂੰ ਹਰ ਇਤਵਾਰ ਇਬਾਦਤਗਾਹ ਲਈ ਵਰਤਿਆ ਜਾ ਰਿਹਾ ਪੰਜਾਬ ਦੇ ਚੀਫ ਕਮਿਸ਼ਨਰ ਦੀ ਮਨਜ਼ੂਰੀ ਨਾਲ 24 ਜਨਵਰੀ 1857 ਨੂੰ ਅਨਾਰਕਲੀ ਦੇ ਮਕਬਰੇ ਵਿੱਚ ਮਦਰਾਸ ਤੋਂ ਆਏ ਬਿਸ਼ਪ ਜੋਸਫ ਜੇਮਸ ਨੇ ਇਸ ਇਬਾਦਤਗਾਹ ਦੀ ਤਕਦੀਸ ਦੀ ਰਸਮ ਅਦਾ ਕੀਤੀ ਅਤੇ ਇਸ ਦਾ ਨਾਂ ਸੈਂਟ ਜੇਮਸ ਚਰਚ ਰੱਖਿਆ ਗਿਆ ਸਦੀਆਂ ਤੋਂ ਵੱਖੋ ਵੱਖ ਧਰਮਾਂ ਨਸਲਾਂ ਅਤੇ ਜ਼ਬਾਨਾਂ ਦੇ ਲੋਕ ਪੰਜਾਬ ਵਿੱਚ ਇਕੱਠੇ ਰਹਿੰਦੇ ਰਹੇ ਨੇ ਇਹੋ ਰੰਗਾ ਰੰਗੀ ਪੰਜਾਬ ਦੀ ਪਛਾਣ ਅਤੇ ਸ਼ਾਨ ਸੀ ਜਿਹਨੂੰ ਅੱਜ ਜਾਣਨ ਦੀ ਲੋੜ ਹੈ